ਤੁਹਾਡੀ ਸਕਰੀਨ ਉੱਤੇ ਵੀਡੀਓ ਦੇ ਵਿੱਚ ਇਹ ਮਾਰਕ ਕੀਤਾ ਹੋਇਆ ਚਿਹਰਾ ਕਾਂਗਰਸ ਦਾ ਵਿਧਾਇਕ ਹੈ। ਇਸ ਦਾ ਨਾਮ ਸੰਦੀਪ ਜਾਖੜ ਹੈ। ਜੀ ਹਾਂ, ਤੁਸੀਂ ਸਹੀ ਪਹਿਚਾਣਿਆ, ਸੰਦੀਪ ਜਾਖੜ ਸੁਨੀਲ ਜਾਖੜ ਦਾ ਭਤੀਜ। ਸੁਨੀਲ ਜਾਖੜ ਜੋ ਕਿ ਇਸ ਵੇਲੇ ਬੀਜੇਪੀ ਦੇ ਸੂਬਾ ਪ੍ਰਧਾਨ ਨੇ, ਕਿਸੇ ਵੇਲੇ ਕਾਂਗਰਸ ਦੇ ਸੂਬਾ ਪ੍ਰਧਾਨ ਹੁੰਦੇ ਸੀ। 2022 ਵੇਲੇ ਉਹਨਾਂ ਨੇ ਪਾਰਟੀ ਚੇਂਜ ਕੀਤੀ ਅਤੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ, ਜਿਸ ਤੋਂ ਬਾਅਦ ਉਹਨਾਂ ਦਾ ਭਤੀਜਾ ਸੰਦੀਪ ਜਾਖੜ ਉੱਥੋਂ ਦਾ ਵਿਧਾਇਕ ਬਣਦਾ ਹੈ। ਵਿਧਾਇਕ ਬਣਨ ਤੋਂ ਬਾਅਦ ਉਹਨਾਂ ਦੀਆਂ ਗਤੀਵਿਧੀਆਂ ਕੁਝ ਐਸੀਆਂ ਹੋਈਆਂ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਅਤੇ ਅੱਜ ਫਿਰ ਬੀਜੇਪੀ ਵਾਲਿਆਂ ਦੇ ਨਾਲ ਖੜਿਆ ਦਿਖਿਆ ਸੰਦੀਪ ਜਾਖੜ, ਜੋ ਕਿ ਸੁਨੀਲ ਜਾਖੜ ਦਾ ਭਤੀਜਾ ਹੈ। ਅਬੋਹਰ ਤੋਂ ਕਾਂਗਰਸੀ ਵਿਧਾਇਕ ਨੇ ਸੰਦੀਪ ਜਾਖੜ ਤੇ ਭਾਜਪਾ ਉਮੀਦਵਾਰ ਰਾਣਾ ਸੋਢੀ ਦੇ ਨਾਮਜ਼ਦਗੀ ਪੱਤਰ ਭਰਵਾਉਣ ਵੇਲੇ ਦਿਖਾਈ ਦਿੱਤੇ ਨੇ। ਪਿੱਛੇ ਟੋਪੀ ਪਾ ਕੇ ਚਿਹਰਾ ਲੁਕਾਉਂਦੇ ਹੋਏ ਸੰਦੀਪ ਜਾਖੜ ਰਾਣਾ ਸੋਢੀ ਦੇ ਨਾਲ ਖੜੇ ਦਿਖਾਈ ਦਿੱਤੇ। ਨਾਮਜ਼ਦਗੀ ਪੱਤਰ ਭਰਵਾਉਣ ਦੇ ਦੌਰਾਨ ਮੌਜੂਦ ਰਹੇ ਹਰਦੀਪ ਪੁਰੀ, ਕੇਂਦਰੀ ਮੰਤਰੀ, ਸਾਬਕਾ ਮੰਤਰੀ ਸੁਰਜੀਤ ਜਿਆਣੀ, ਇਹ ਸਾਰੇ ਜਣੇ ਨਾਲ ਮੌਜੂਦ ਸੀ ਜੋ ਕਿ ਭਾਜਪਾ ਨਾਲ ਸੰਬੰਧ ਰੱਖਦੇ ਨੇ, ਪਰ ਇਕੱਲੇ ਸੰਦੀਪ ਜਾਖੜ ਕੋਨੇ ਦੇ ਵਿੱਚ ਨਾਲ ਖੜੇ ਹੋਏ ਦਿਖਾਈ ਦਿੱਤੇ। ਹੁਣ ਲੋਕਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਸੰਦੀਪ ਜਾਖੜ ਕਾਂਗਰਸ ਛੱਡ ਕੀ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਲੋਕਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੀ ਸਿਆਸਤ ਨੂੰ ਹੋ ਕੀ ਗਿਆ ਹੈ, ਮਿੰਟ ਮਿੰਟ ਦੇ ਵਿੱਚ ਪਤਾ ਨਹੀਂ ਚੱਲਦਾ ਕਿਹੜਾ ਵੱਡਾ ਆਗੂ ਕਿਹੜੀ ਪਾਰਟੀ 'ਚ ਜਾ ਰਿਹਾ ਹੈ। ਕਮੈਂਟ ਕਰਕੇ ਆਪਣੇ ਇਲਾਕੇ ਦੇ ਕਾਂਗਰਸੀਆਂ ਨੂੰ ਟੈਗ ਕਰੋ ਅਤੇ ਜਵਾਬ ਪੁੱਛੋ, ਕਿਉਂਕਿ ਜ਼ਿਆਦਾਤਰ ਆਗੂ ਕਾਂਗਰਸ ਛੱਡ ਹੋਰ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ, ਚਾਹੇ ਉਹ ਦਲਵੀਰ ਗੋਲਡੀ ਦੀ ਗੱਲ ਕਰੀਏ, ਚਾਹੇ ਸੁਨੀਲ ਜਾਖੜ ਦੀ, ਤੇ ਹੁਣ ਸੰਦੀਪ ਜਾਖੜ ਵੀ ਚਰਚਾ ਦਾ ਮੁੱਦਾ ਬਣ ਗਏ ਨੇ। ਹੁਣ ਇਸ ਉੱਪਰ ਸੰਦੀਪ ਜਾਖੜ ਦਾ ਕੀ ਕਹਿਣਾ ਹੈ ਕਿ ਕਾਂਗਰਸ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢੇਗੀ ਜਾਂ ਜਿੱਦਾਂ ਕਿ ਪਹਿਲਾਂ ਸਸਪੈਂਡ ਕੀਤੇ ਹੋਏ ਸੀ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤੁਹਾਡੀ ਸਕਰੀਨ ਉੱਤੇ ਵੀਡੀਓ ਦੇ ਵਿੱਚ ਇਹ ਮਾਰਕ ਕੀਤਾ ਹੋਇਆ ਚਿਹਰਾ ਕਾਂਗਰਸ ਦਾ ਵਿਧਾਇਕ ਹੈ। ਇਸ ਦਾ ਨਾਮ ਸੰਦੀਪ ਜਾਖੜ ਹੈ। ਜੀ ਹਾਂ, ਤੁਸੀਂ ਸਹੀ ਪਹਿਚਾਣਿਆ, ਸੰਦੀਪ ਜਾਖੜ ਸੁਨੀਲ ਜਾਖੜ ਦਾ ਭਤੀਜ। ਸੁਨੀਲ ਜਾਖੜ ਜੋ ਕਿ ਇਸ ਵੇਲੇ ਬੀਜੇਪੀ ਦੇ ਸੂਬਾ ਪ੍ਰਧਾਨ ਨੇ, ਕਿਸੇ ਵੇਲੇ ਕਾਂਗਰਸ ਦੇ ਸੂਬਾ ਪ੍ਰਧਾਨ ਹੁੰਦੇ ਸੀ। 2022 ਵੇਲੇ ਉਹਨਾਂ ਨੇ ਪਾਰਟੀ ਚੇਂਜ ਕੀਤੀ ਅਤੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ, ਜਿਸ ਤੋਂ ਬਾਅਦ ਉਹਨਾਂ ਦਾ ਭਤੀਜਾ ਸੰਦੀਪ ਜਾਖੜ ਉੱਥੋਂ ਦਾ ਵਿਧਾਇਕ ਬਣਦਾ ਹੈ। ਵਿਧਾਇਕ ਬਣਨ ਤੋਂ ਬਾਅਦ ਉਹਨਾਂ ਦੀਆਂ ਗਤੀਵਿਧੀਆਂ ਕੁਝ ਐਸੀਆਂ ਹੋਈਆਂ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਅਤੇ ਅੱਜ ਫਿਰ ਬੀਜੇਪੀ ਵਾਲਿਆਂ ਦੇ ਨਾਲ ਖੜਿਆ ਦਿਖਿਆ ਸੰਦੀਪ ਜਾਖੜ, ਜੋ ਕਿ ਸੁਨੀਲ ਜਾਖੜ ਦਾ ਭਤੀਜਾ ਹੈ। ਅਬੋਹਰ ਤੋਂ ਕਾਂਗਰਸੀ ਵਿਧਾਇਕ ਨੇ ਸੰਦੀਪ ਜਾਖੜ ਤੇ ਭਾਜਪਾ ਉਮੀਦਵਾਰ ਰਾਣਾ ਸੋਢੀ ਦੇ ਨਾਮਜ਼ਦਗੀ ਪੱਤਰ ਭਰਵਾਉਣ ਵੇਲੇ ਦਿਖਾਈ ਦਿੱਤੇ ਨੇ। ਪਿੱਛੇ ਟੋਪੀ ਪਾ ਕੇ ਚਿਹਰਾ ਲੁਕਾਉਂਦੇ ਹੋਏ ਸੰਦੀਪ ਜਾਖੜ ਰਾਣਾ ਸੋਢੀ ਦੇ ਨਾਲ ਖੜੇ ਦਿਖਾਈ ਦਿੱਤੇ। ਨਾਮਜ਼ਦਗੀ ਪੱਤਰ ਭਰਵਾਉਣ ਦੇ ਦੌਰਾਨ ਮੌਜੂਦ ਰਹੇ ਹਰਦੀਪ ਪੁਰੀ, ਕੇਂਦਰੀ ਮੰਤਰੀ, ਸਾਬਕਾ ਮੰਤਰੀ ਸੁਰਜੀਤ ਜਿਆਣੀ, ਇਹ ਸਾਰੇ ਜਣੇ ਨਾਲ ਮੌਜੂਦ ਸੀ ਜੋ ਕਿ ਭਾਜਪਾ ਨਾਲ ਸੰਬੰਧ ਰੱਖਦੇ ਨੇ, ਪਰ ਇਕੱਲੇ ਸੰਦੀਪ ਜਾਖੜ ਕੋਨੇ ਦੇ ਵਿੱਚ ਨਾਲ ਖੜੇ ਹੋਏ ਦਿਖਾਈ ਦਿੱਤੇ। ਹੁਣ ਲੋਕਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਸੰਦੀਪ ਜਾਖੜ ਕਾਂਗਰਸ ਛੱਡ ਕੀ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਲੋਕਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੀ ਸਿਆਸਤ ਨੂੰ ਹੋ ਕੀ ਗਿਆ ਹੈ, ਮਿੰਟ ਮਿੰਟ ਦੇ ਵਿੱਚ ਪਤਾ ਨਹੀਂ ਚੱਲਦਾ ਕਿਹੜਾ ਵੱਡਾ ਆਗੂ ਕਿਹੜੀ ਪਾਰਟੀ 'ਚ ਜਾ ਰਿਹਾ ਹੈ। ਕਮੈਂਟ ਕਰਕੇ ਆਪਣੇ ਇਲਾਕੇ ਦੇ ਕਾਂਗਰਸੀਆਂ ਨੂੰ ਟੈਗ ਕਰੋ ਅਤੇ ਜਵਾਬ ਪੁੱਛੋ,
ਕਿਉਂਕਿ ਜ਼ਿਆਦਾਤਰ ਆਗੂ ਕਾਂਗਰਸ ਛੱਡ ਹੋਰ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ, ਚਾਹੇ ਉਹ ਦਲਵੀਰ ਗੋਲਡੀ ਦੀ ਗੱਲ ਕਰੀਏ, ਚਾਹੇ ਸੁਨੀਲ ਜਾਖੜ ਦੀ, ਅਤੇ ਹੁਣ ਸੰਦੀਪ ਜਾਖੜ ਵੀ ਚਰਚਾ ਦਾ ਮੁੱਦਾ ਬਣ ਗਏ ਨੇ। ਹੁਣ ਇਸ ਉੱਪਰ ਸੰਦੀਪ ਜਾਖੜ ਦਾ ਕੀ ਕਹਿਣਾ ਹੈ ਕਿ ਕਾਂਗਰਸ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢੇਗੀ ਜਾਂ ਜਿੱਦਾਂ ਕਿ ਪਹਿਲਾਂ ਸਸਪੈਂਡ ਕੀਤੇ ਹੋਏ ਸੀ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।